ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਕੀ ਵਾਰ ਰਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦੀ 84 ਕੱਢਣ ਲਈ 84 ਪੌੜੀਆਂ ਵਾਲੀ ਬੋਲੀ ਸਹਿਬ ਤਿਆਰ ਕੀਤੀ ਉਸ ਦਾ ਚਟ ਕੀਤਾ ਤਾਂ ਬਹੁਤ ਵੱਡਾ ਸਤਗੁਰਾਂ ਨੇ ਜਗ ਕੀਤਾ ਸਿੱਖ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਸਤਗੁਰਾਂ ਦੇ ਚਰਨਾਂ ਵਿੱਚ ਪੁੱਜੀਆਂ ਉੱਥੇ ਗਵਿੰਦਵਾਲ ਸਾਹਿਬ ਵਿੱਚ ਇੱਕ ਮਰਵਾਹਿਆਂ ਦਾ ਬ੍ਰਾਹਮਣ ਤਪਾਸਿ ਜਿਹੜਾ ਖਡੂਰ ਸਾਹਿਬ ਤਪਾ ਮੀਂਹ ਪੈਣ ਤੋਂ ਜੱਟਾਂ ਨੇ ਧੂ ਧੂ ਕੇ ਮਾਰ ਦਿੱਤਾ ਸੀ ਉਸ ਦਾ ਇਹ ਮਿੱਤਰ ਸੀ ਜਿਸ ਕਰਕੇ ਇਹ ਗੁਰੂ ਜੀ ਨਾਲ ਈਰਖਾ ਰੱਖਦਾ ਸੀ ਸਾਰਾ ਲੰਗਰ ਪ੍ਰਸ਼ਾਦ ਤਿਆਰ ਹੋਇਆ ਅਨੇਕਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ ਗੁਰੂ ਜੀ ਨੇ ਸਾਰੇ ਸਨੇਹਾ ਭੇਜਿਆ ਪਰੇ ਤਪਾ ਨਾ ਆਇਆ ਫਿਰ ਸਤਗੁਰਾਂ ਨੇ ਹਰੇਕ ਲੰਗਰ ਛਕਣ ਵਾਲੇ ਨੂੰ ਪਹਿਲਾਂ 1 1 ਫਿਰ 2 2 5 5 ਤੇ ਫਿਰ 10 ਰੁਪਏ ਦੇਣ ਦਾ ਹੁਕਮ ਕੀਤਾ ਪਰੰਤੂ ਇਹ ਤਪਾ ਫਿਰ ਵੀ ਨਾ ਆਇਆ ਫਿਰ ਗੁਰਾਂ ਨੇ ਕਿਹਾ ਕਿ ਇੱਕ ਇੱਕ ਮੋਹਰ ਦੇਾਂਗੇ ਤਾਂ ਤਪੇ ਨੂੰ ਬਹੁਤ ਲਾਲਚ ਫੋਰ ਆਇਆ ਤੇ ਘਰੋਂ ਲੰਗਰ ਛਕਣ ਲਈ ਤੁਰ ਪਿਆ ਉਧਰ ਸੰਗਤ ਜਿਆਦਾ ਹੋਣ ਕਰਕੇ ਸਭ ਸੰਗਤਾਂ ਦੇ ਨਾਲ ਪੰਗਤਾਂ ਭਰ ਗਈਆਂ ਤੇ ਬਾਹਰਲੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਗਏ ਅੰਦਰ ਲੰਗਣ ਲਈ ਕੋਈ ਰਸਤਾ ਨਾ ਰਿਹਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਹਿਰੇ ਤੇ ਖੜੇ ਸਨ ਤਾਂ ਇਹ ਤਪਾ ਆਪ ਤਾਂ ਸੰਗ ਦਾ ਅੰਦਰ ਨਾ ਗਿਆ ਤੇ ਆਪਣੇ ਪੁੱਤਰ ਨੂੰ ਬੋਲੀ ਸਾਹਿਬ ਦੀ ਦਰਿਆ ਵਾਲੀ ਕੰਧ ਥਾਣੀ ਅੰਦਰ ਉਤਾਰਿਆ ਬੱਚਾ ਛੋਟਾ ਸੀ ਕੰਧ ਤੋਂ ਡਿੱਗਣ ਕਰਕੇ ਉਸ ਦੀ ਲੱਤ ਟੁੱਟ ਗਈ ਸਾਰੇ ਲੋਕ ਹੱਸਣ ਲੱਗ ਪਏ ਉਸ ਵੇਲੇ ਤਪੇ ਦੀ ਜੋ ਹਾਲਤ ਹੋਈ ਸੀ ਉਸ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਇਸ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਗੋਇੰਦਵਾਲ ਸਾਹਿਬ ਵਿਖੇ ਇਸ ਸ਼ਬਦ ਨੂੰ ਉਚਾਰਨ ਕਰਕੇ ਦੱਸਦੇ ਹਨ ਸਲੋਕ ਮਹੱਲਾ ਚੌਥਾ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਏ ਭਾਈ ਜਿਹੜਾ ਹਿਰਦੇ ਵਿੱਚੋਂ ਲੋਭੀ ਲਾਲਚੀ ਉਹ ਤਪਾ ਨਹੀਂ ਹੋ ਸਕਦਾ ਜਿਹੜਾ ਨਿਤਾ ਪ੍ਰਤੀ ਮਾਇਆ ਨੂੰ ਇਕੱਤਰ ਕਰਨ ਵਾਸਤੇ ਜਜਮਾਲਿਆ ਹੁੰਦਾ ਦੁਖੀ ਹੋਇਆ ਫਿਰਦਾ ਹੈ ਮਾਇਆ ਦਾ ਹੀ ਜਜਮਾਲਿਆ ਦਬਾਇਆ ਆ ਦੱਬਿਆ ਫਿਰਦਾ ਅੱਗੂ ਦੇ ਸੱਦਿਆ ਸੱਤੇ ਦੀ ਭਿਖਿਆ ਲੈ ਨਾਹੀ ਪਿਛੋ ਦੇ ਪਛਤਾਇਕ ਹੈ ਆਣ ਤਪੈ ਪੁੱਤ ਵਿੱਚ ਬਹਾਲਿਆ ਅੱਗੋਂ ਤੋਂ ਭਾਵ ਪਹਿਲਾਂ ਤੋਂ ਨਿਮੰਤਰਣ ਦੇ ਕੇ ਸੱਦੇ ਦੁਆਰਾ ਸ਼ਰਦਾ ਦੇ ਨਾਲ ਗੁਰੂ ਸਾਹਿਬ ਜੀ ਦੇ ਜਗ ਵਿੱਚ ਸਤਕਾਰ ਦੀ ਭਿਖਸ਼ਾ ਲੈਣ ਨਹੀਂ ਆਇਆ ਤੇ ਨਾ ਲੈ ਸਕਿਆ ਫਿਰ ਪਿਛੋ ਮਗਰੋਂ ਪਛਤਾ ਕਰਕੇ ਤਬੇ ਨੇ ਆ ਕੇ ਆਪਣੇ ਪੁੱਤਰ ਨੂੰ ਪੰਗਤ ਵਿੱਚ ਬਿਠਾ ਦਿੱਤਾ